ਹਾਂਜੀ ਮਲਵਾ ਬੈਟਲਿਵ ਦੇਖ ਰਹੇ ਸਾਰੀ ਦਰਸ਼ਕਾਂ ਨੂੰ ਪਿਆਰ ਭਰੀ ਸਾਰਸ਼ਿਕਲ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਦੋਸਤੋ ਜਿਨ੍ਹਾਂ ਦੇ ਹਜੇ ਐਡਮਿਟ ਕਾਰਡ ਨਹੀਂ ਆਏ ਤਜਾ ਜਿਨ੍ਹਾਂ ਨੂੰ ਈਮੇਲ ਨਹੀਂ ਆਈ Gmail ਦੇ ਉੱਤੇ ਕਿ ਤੁਹਾਡਾ VIK ਨੂੰ ਪੇਪਰ ਹੈ ਉਹਨਾਂ ਦਾ ਹਜੇ ਤੱਕ ਐਡਮਿਟ ਕਾਰਡ ਨਹੀਂ ਅਪਲੋਡ ਹੋਵੇਗਾ ਕਿਉਂਕਿ 31 ਜੁਲਾਈ ਤੱਕ ਇਹਨਾਂ ਨੇ ਅਲੱਗ-ਅਲੱਗ ਸ਼ਿਫਟਾਂ ਵਿੱਚ ਤੁਹਾਡੇ ਐਗਜ਼ਾਮ ਲੈਣੇ ਆ ਠੀਕ ਹੈ ਘਬਰਾਉਣ ਦੀ ਕੋਈ ਲੋੜ ਨਹੀਂ ਤੁਸੀਂ ਮੈਨੂੰ ਮੈਸੇਜ ਕਰ ਰਹੇ ਹੋ ਵੀ ਸਰ ਸਾਡਾ ਐਡਮਿਟ ਕਾਰਡ ਸ਼ੋ ਨਹੀਂ ਹੋ ਰਿਹਾ ਦੋਸਤੋ ਤੁਹਾਡੇ ਹੁਣ ਈਮੇਲ ਆਈ ਹੋਣੀ ਹੈ ਵੀ ਤੁਹਾਨੂੰ ਹਫ਼ਤੇ ਪਹਿਲਾਂ ਹੀ ਇੱਕ ਐਗਜ਼ਾਮ ਦੇ ਮਤਲਬ ਕਿ ਦੱਸਿਆ ਜਾਵੇਗਾ ਵੀ ਤੁਹਾਡਾ ਐਗਜ਼ਾਮ ਕਿੱਥੇ ਹੈ ਡੇਟ ਕੀ ਹੈ ਤੇ ਕਿੰਨੇ ਵਜੇ ਤੁਹਾਡਾ ਐਗਜ਼ਾਮ ਸ਼ੁਰੂ ਹੋਵੇਗਾ ਠੀਕ ਹੈ ਜੀ ਘਬਰਾਉਣ ਦੀ ਕੋਈ ਲੋੜ ਨਹੀਂ ਤੇ ਅੱ ਵੀ ਭਾਰੀ ਚੱਲ ਰਹੀ ਹੈ ਮਤਲਬ ਕੈਨ ਦਾ ਪਾਪ ਸਾਈਡ ਦੇ ਵਿੱਚ ਕੁਝ ਚੀਜ਼ਾਂ ਅਪਲੋਡਸ ਵੀ ਕਰ ਲੈਨੇ ਉਹ ਜਿਵੇਂ ਐਡਮਿਟ ਕਾਰਡ ਹੋਗੇ ਤੁਹਾਡੇ ਜਾਂ ਫਿਰ ਕੁਝ ਹੋਰ ਵੀ ਮਤਲਬ ਆਫੀਸ਼ੀਅਲ ਵਰਕਸ ਹੁੰਦੇ ਆ ਜੇ ਇਸ ਕਰਕੇ ਕਈਆਂ ਦੇ ਫੋਨ ਦੇ ਉੱਤੇ ਇਹ ਖੁੱਲ ਵੀ ਨਹੀਂ ਰਹੀ ਸਾਈਟ ਸੋ ਮੈਂ ਇਹੀ ਕਿਰਪਾਲਤਾ ਕਰਨਾ ਚਾਹੁੰਗਾ ਪਹਿਲਾਂ ਤਾਂ ਵੀ ਜੇ ਤੁਸੀਂ ਐਡਮਿਟ ਕਾਰਡ ਕਢਵਾਣੇ ਆ ਜਿਨ੍ਹਾਂ ਦਾ 21 ਨੂ ਪੇਪਰ ਹੈਗਾ ਜਿਨ੍ਹਾਂ ਨੂੰ ਮੇਲ ਆਈ ਹੈ ਤਾਂ ਕਿਰਪਾ ਕਰਕੇ ਉਹ ਕੈਫੇ ਦੇ ਵਿੱਚੋਂ ਕਢਵਾ ਕੇ ਲੈ ਕੇ ਆਨ ਖੁਦ ਨਾ ਕਰੀ ਟ੍ਰਾਈ ਕਰਨ ਕਿਉਂਕਿ ਉਹ ਕੈਫੇ ਵਾਲੇ ਕੋਲ ਇੰਟਰਨੈਟ ਦੀ ਸਰਵਿਸ ਥੋੜੀ ਜ਼ਿਆਦਾ ਤੇਜ਼ ਹੁੰਦੀ ਹੈ ਤੁਹਾਡੇ ਆਮ ਮਤਲਬ ਨੈਟਵਰਕ ਨਾਲੋਂ ਦੂਸਰੀ ਗੱਲ ਹੈ ਉਹਨਾਂ ਨੂੰ ਪੂਰਾ ਹਸਾਬ ਹੁੰਦਾ ਵੀ ਕਿਦਾਂ ਆਪਾਂ ਜਿਹੜਾ ਹੈਗਾ ਆਪਣਾ ਲੌਗਇਨ ਕਰਕੇ ਤੁਹਾਡਾ ਆ ਪਾ ਐਡਮਿਟ ਕਾਰਡ ਤੁਹਾਨੂੰ ਦੇਣਾ ਹੈ ਦੂਸਰੀ ਗੱਲ ਦੋਸਤੋ ਹੁਣ ਜਿਹੜਾ ਹੈਗਾ ਆਪਣੇ ਤੁਹਾਡੇ ਪੰਜਾਬ ਪੁਲਿਸ ਦੇ ਕਨਸਟੇਬਲ ਦਾ ਐਗਜ਼ਾਮ ਹੈ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਵੀ ਇਹ 31 ਜੁਲਾਈ ਤੱਕ ਸਬ ਇੰਸਪੈਕਟਰ ਦੇ ਚੱਲਨੀ ਹੈ ਕਨਸਟੇਬਲ ਦਾ ਕੋਈ ਵੀ ਐਗਜ਼ਾਮ ਹਜੇ ਕੰਡਕਟ ਨਹੀਂ ਕਰਾਇਆ ਜਾਵੇਗਾ ਸੋ ਤੁਹਾਡੇ ਕੋਲ ਲਗਭਗ 1 ਮਹੀਨੇ ਦਾ ਹੋਰ ਟਾਈਮ ਮਿਲ ਗਿਆ ਇਹ ਮਤਲਬ ਡੇਢ ਮਹੀਨਾ ਹੀ ਹੈ ਇੱਕ ਹਿਸਾਬ ਦਾ ਤੁਹਾਡੇ ਕੋਲ 10 ਦਿਨ ਇਹ ਹੋਗੇ ਅਗਲੇ ਮਹੀਨਾ ਇੱਕ ਠੀਕ ਹੈ ਤੇ ਤੁਸੀਂ ਕਿਰਪਾ ਕਰਕੇ ਪਲੀਜ਼ ਦਿਨ ਰਾਤ ਇਕ ਕਰਕੇ ਆਪਣੀ ਮਿਹਨਤ ਜਰੂਰ ਕਰੋ ਐਨਾ ਹੋਵੇ ਤੁਸੀਂ ਸੋਚੋ ਅਗਲੇ ਸਾਲ ਭਰਤੀ ਅਸੀਂ ਕਰੈਕ ਕਰਨੀ ਹੈ ਬਟ ਇਸ ਸਾਲ ਤੁਹਾਡੇ ਕੋਲ ਬਹੁਤ ਹੀ ਵਧੀਆ ਟਾਈਮ ਹੈ ਤੁਹਾਨੂੰ ਕਮ ਸੇ ਕਮ 6 ਮਹੀਨੇ ਦਾ ਟਾਈਮ ਮਿਲ ਗਿਆ ਹੈ ਹੁਣ ਕਨਸਟੇਬਲ ਦੇ ਹਜੇ ਤੱਕ ਤੁਹਾਨੂੰ ਕੋਈ ਮੋਕ ਟੈਸਟ ਦੇਖਣ ਨੂੰ ਨਹੀਂ ਮਿਲਿਆ ਬਟ ਇਹ ਵੀ ਤੁਹਾਡਾ ਕੰਪਿਊਟਰ ਬੇਸਡ ਟੈਸਟ ਲਿਆ ਜਾਵੇਗਾ ਜਿਵੇਂ ਕਿ ਤੁਸੀਂ ਸਬ ਇੰਸਪੈਕਟਰ ਦਾ ਮੋਕ ਟੈਸਟ ਟਰਾਈ ਕਰ ਸਕਦੇ ਹੋ ਇਸ ਸਿੰਪਲ ਕਲਿੱਕ ਕਰਕੇ ਤੁਸੀਂ ਲੌਗਇਨ ਕਰ ਸਕਦੇ ਹੋ ਤੁਹਾਨੂੰ ਕੋਈ ਜ਼ ਤੇ ਖੋਲ ਕੇ ਇਹਦੇ ਉੱਤੇ ਆਈਡੀ ਤੇ ਪਾਸਵਰਡ ਭਰਿਆ ਭਰਾਇਆ ਪਹਿਲਾਂ ਹੀ ਪਿਆ ਹੋਵੇਗਾ ਬਸ ਤੁਸੀਂ ਉਹ ਕਲਿੱਕ ਕਰਕੇ ਇਨਸਟਰਕਸ਼ਨਸ ਪੜ੍ਹ ਕੇ ਤੇ ਟੈਸਟ ਸਟਾਰਟ ਕਰਕੇ ਵੇਖ ਲੈਣਾ ਇੱਕ ਵਾਰ ਠੀਕ ਹੈ ਜੀ ਦੋਵੇਂ ਮਤਲਬ ਪੇਪਰਾਂ ਨੂੰ ਚੈੱਕ ਕਰਕੇ ਤੁਹਾਨੂੰ ਸਮਝ ਆ ਜਾਵੇਗੀ ਵੀ ਇਨਸਟਰਕਸ਼ਨਸ ਕੀ ਹੁੰਦੀਆਂ ਗਾਂ ਜਾ ਕੇ ਕਨਸਟੇਬਲ ਦਾ ਤੁਹਾਡਾ ਐਗਜ਼ਾਮ ਹੈ ਈਜ਼ੀ ਹੁੰਦਾ ਹੈ ਬਟ ਮੇਰੇ ਕਈ ਪੈਂਪੜਾ 10th 2 ਨਾਲ ਪੜੇ ਆ ਉਹਨਾਂ ਨੇ ਕੰਪਿਊਟਰ ਵਗੈਰਾ ਕਾਠੀ ਯੂਜ਼ ਕੀਤਾ ਹੁੰਦਾ ਜਾਂ ਫਿਰ ਜਿਨ੍ਹਾਂ ਨੂੰ ਹਜੇ ਸਮਝ ਨਹੀਂ ਹੁੰਦੀ ਪਹਿਲੀ ਵਾਰ ਟੈਸਟ ਦੇਣ ਜਾ ਰਹੇ ਆ ਆਪਣੀ ਜ਼ਿੰਦਗੀ ਦਾ ਉਹਨਾਂ ਦੀ ਹਜੇ ਤਿਆਰੀ ਵੀ ਹੋਊਗੀ ਲਗਭਗ ਥੋੜੀ ਬੋਤੀ ਬਟ ਉਹਨਾਂ ਨੂੰ ਇੱਕ ਵਾਰੀ ਮੈਂ ਸਮਝਾ ਦੇਣਾ ਚਾਹੁੰਦਾ ਵੀ ਤੁਸੀਂ ਆਪਣੀ ਪ੍ਰੈਪਰੇਸ਼ਨ ਇੱਕ ਮਹੀਨੇ ਦੇ ਵਿੱਚ ਕੰਪਲੀਟ ਕਰ ਸਕਦੇ ਹੋ ਜੇ ਅਗਰ ਤੁਸੀਂ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਸੋ ਘਬਰਾਉਣਾ ਸਬ ਇਨਸਪੈਕਟਰ ਦਾ ਹੀ ਹਜੇ ਐਗਜ਼ਾਮ ਹੋਣਾ ਹੈ ਸਬ ਇਨਸਪੈਕਟਰ ਦੇ ਐਗਜ਼ਾਮ ਦੇ ਵਿੱਚ ਸਿਰਫ ਮੈਨੂੰ ਪਤਾ ਹੈ ਉਹੀ ਬੱਚਾ ਕਰੈਕ ਕਰ ਸਕਦਾ ਹੈ ਜਿਹੜੇ ਬੱਚੇ ਦੀ ਡੈਡੀਕੇਸ਼ਨ ਫੁੱਲ ਹੈ ਉਹ ਹਾਰ ਨਹੀਂ ਮੰਨ ਰਿਹਾ ਮਤਲਬ ਜਿ ਰਹਿ ਗਿਆ ਪਰ ਫਿਰ ਵੀ ਉਹ ਡਟਿਆ ਹੋਇਆ ਹੈ ਵੀ ਮੇ ਆ ਭਾਵੇਂ ਮੇਰਾ ਕੁਆਲੀਫਾਈ ਹੋਵੇ ਜਾਂ ਨਾ ਹੋਵੇ ਬਟ ਮੈਂ ਮਿਹਨਤ ਨਹੀਂ ਛੱਡਣੀ ਕਿਉਂਕਿ ਉਹੀ ਬੱਚਾ ਕਰੈਕ ਕਰਦਾ ਜੇ ਤੁਸੀਂ ਪਹਿਲਾਂ ਹੀ ਆਪਣੀ ਹਥਿਆਰ ਸੁੱਟ ਦੋਗੇ ਤਾਂ ਕਦੇ ਵੀ ਜ਼ਿੰਦਗੀ ਵਿੱਚ ਤੁਸੀਂ ਕੋਈ ਵੀ ਐਗਜ਼ਾਮ ਕਰੈਕ ਨਹੀਂ ਕਰ ਪਾਉਗੇ ਠੀਕ ਹੈ ਜੀ ਸੋ ਜਿਹੜਾ ਆਖਰੀ ਮੌਕਾ ਹੀ ਹੁੰਦਾ ਜਿਹੜਾ ਤੁਸੀਂ ਆਖਰੀ ਮੌਕੇ ਦੇ ਵਿੱਚ ਆਪਣਾ ਹੁਨਰ ਦਿਖਾਣਾ ਹੁੰਦਾ ਆਪਣੇ ਆਪ ਨੂੰ ਇੱਕ ਕਾਬਿਲ ਇੱਕ ਸਟੂਡੈਂਟ ਦਿਖਾਣਾ ਹੈ ਤੁਸੀਂ ਤਾਂ ਹੀ ਤੁਸੀਂ ਜੌਬ ਪ੍ਰਾਪਤ ਕਰ ਸਕੋਗੇ ਠੀਕ ਹੈ ਦੋਸਤੋ ਤੇ ਤੀਸਰੀ ਗੱਲ ਮੇਰੇ ਦੋਸਤੋ ਇੱਕ ਇਹ ਤੁਹਾਨੂੰ ਇਹ ਕਹਿਣਾ ਵੀ ਜਿਹੜੀ ਆਪਣੀ ਜੀ ਕੋਈ ਤੁਹਾਨੂੰ ਪ੍ਰੋਬਲਮ ਆਈ ਹੈ ਡਾਕੂਮੈਂਟ ਦੇ ਵਿੱਚ ਜਾਂ ਫਿਰ ਕੋਈ ਤੁਹਾਡਾ ਅਪਡੇਟ ਨਹੀਂ ਹੈਗਾ ਹਜੇ ਤੱਕ ਕੋਈ ਡਾਕੂਮੈਂਟ ਤਾਂ ਕਿਰਪਾ ਕਰਕੇ ਪਲੀਜ਼ ਇੱਕ ਵਾਈਟ ਪੇਪਰ ਦੇ ਉੱਤੇ ਗਸਟਡ ਅਫੀਸਰ ਤੋਂ ਇੱਕ ਐਪਲੀਕੇਸ਼ਨ ਲਿਖਾ ਕੇ ਵੀ ਮੇਰੀ ਇਹ ਜਿਹੜੀ ਲੇਟੈਸਟ ਫੋਟੋ ਹੈ ਜਾਂ ਫਿਰ ਮੇਰਾ ਕੋਚ ਮਤਲਬ ਕਿ ਆਧਾਰ ਕਾਰਡ ਗਵਾਚ ਆਹ ਕੋਈ ਵੀ ਨੰਬਰ ਨੰਬਰ ਜਿਹੜਾ ਤੁਹਾਡਾ ਡਰਾਈਵਿੰਗ ਲਾਇਸੈਂਸ ਹੈ ਜਾਂ ਫੋਟੋ ਲੱਗੀ ਹੋਈ ਹੈ ਉਹ ਲਿਖ ਕੇ ਉੱਤੇ ਮੋਹਰ ਲਿਖਾ ਕੇ ਮਤਲਬ ਤੇ ਸਟੈਂਪ ਸਟੂਪ ਲਵਾ ਕੇ ਸਾਰਾ ਕਰਾ ਲਿਓ ਠੀਕ ਹੈ ਜੀ ਜਿਸ ਨਾਲ ਤੁਹਾਨੂੰ ਕੋਈ ਉੱਥੇ ਇਸ਼ੂ ਨਾ ਆਵੇ ਕਈ ਮੇਰੇ ਭੈਣ ਭਰਾਵਾਂ ਦੀ ਫੋਟੋ ਨਹੀਂ ਅਪਡੇਟਡ ਹੁੰਦੀ ਆਧਾਰ ਕਾਰਡ ਦੇ ਉੱਤੇ ਤੇ ਉੱਥੇ ਆਪਣੇ ਕਈ ਵਾਰ ਫੇਸ ਚੇਂजेस ਹੁੰਦੀਆਂ ਜਿਵੇਂ ਹੁਣ ਗ੍ਰੈਜੂਏਸ਼ਨ ਤੋਂ ਬਾਅਦ ਫੇਸ ਹੋਰ ਲੁੱਕ ਹੋ ਜਾਂਦੀ ਆ ਪਰ ਆਧਾਰ ਕਾਰਡ ਤੁਹਾਡੇ ਬਣੇ ਹੋਏ ਆ ਬਚਪਨ ਦੇ ਹਨਾ ਜੀ ਸੋ ਇਸੇ ਕਰਕੇ ਕਹਿਣਾ ਇਮੀਡੀਏਟਲੀ ਹੁਣ ਨਹੀਂ ਚੇਂਜ ਹੋਣਾ 25 ਤੇ 25-30 ਦਿਨ ਲ ਤੇ ਇਸੇ ਕਰਕੇ ਕਹਿਣਾ ਤੁਸੀਂ ਇੱਕ ਵਾਰ ਜ਼ਰੂਰ ਆਪਣੇ ਆ ਲੇਟੈਸਟ ਡਾਕੂਮੈਂਟਸ ਨੂੰ ਨਾਲ ਲੈ ਕੇ ਜਾਓ ਆਇਡੈਂਟੀਫਿਕੇਸ਼ਨ ਪ੍ਰੂਫ ਕਾਰਡ ਜਿਹੜਾ ਹੁੰਦਾ ਠੀਕ ਹੈ ਤੇ ਉਸ ਦੇ ਵਿੱਚ ਐਂਦਾ ਹੁੰਦਾ ਵੀ ਜਿਹੜਾ ਟੈਕਨੀਕਲ ਸਿਸਟਮ ਹੁੰਦਾ ਨਾ ਟੈਕਨੀਕਲ ਦੇ ਸਿਸਟਮ ਦੇ ਵਿੱਚ ਕਾਫੀ ਚੈਕਿੰਗਜ਼ ਹੁੰਦੀਆਂ ਚਿੰ ਤਿੰਨ ਚਾਰ ਵਾਰ ਚੈਕਿੰਗ ਹੁੰਦੀ ਹੈ ਤੁਹਾਡੇ ਐਂਟਰੀ ਕਰਨ ਤੋਂ ਪਹਿਲਾਂ ਤੇ ਉਸ ਤੁਹਾਨੂੰ ਮਤਲਬ ਕਿ ਪ੍ਰੋਪਰ ਸਿਰਫ ਤੁਹਾਡਾ ਇੱਕ ਐਡਮਿਟ ਕਾਰਡ ਤੇ ਇੱਕ ਆਇਡੈਂਟੀਫਿਕੇਸ਼ਨ ਕਾਰਡ ਰਹੀ ਜਾਣ ਦਿੰਦੇ ਆ ਕੋਈ ਫालतू-ਫालतੂ ਚੀਜ਼ ਨਾਲ ਲੈ ਕੇ ਜਾਈਓ ਜਿਹੜੇ ਮੇਰੇ ਭੈਣ ਭਰਾ मतलब ਸਿੱਖ ਤੋਂ ਬਿਲੋਂਗ ਕਰਦੇ ਸਿੱਖਨਿਜ਼ਮ ਤੋਂ ਜਾਂ ਫਿਰ ਜਿਨ੍ਹਾਂ ਦੇ ਕਈ ਵਾਰ ਦੇਖੋ ਸਾਈਟ ਵੀ ਬਲੌਕ ਮਾਰ ਜਾਂਦੀ ਹੈ ਨੈਟਵਰਕ ਅਨ ਅਵੇਲੇਬਲ ਆ ਲੱਗਦਾ ਇਸੇ ਕਰਕੇ ਕਹਿੰਦਾ ਸਾਈਟ ਹੈਵੀ ਹੈ ਜਿਹੜੇ ਮੇਰੇ ਭੈਣ ਭਰਾ मतलब ਕਹਿੰਦਾ ਪਾਵ ਨਿਹੰਗ ਸਿੰਘ ਨੇ ਉਹ ਕਿਰਪਾ ਕਰਕੇ ਆਪਣੇ ਸਾਰੇ ਜਿਹੜੇ ਜੋ ਵੀ ਮਤਲਬ ਧਾਰਨ ਕਰਦੇ ਨੇ ਉਹਨਾਂ ਦੇ ਇੱਕ ਵਾਰ ਜ਼ਰੂਰ ਚੈਕਿੰਗ ਕਰਵਾ ਲਿਓ ਤੇ ਨਾਲ ਨਾਲ ਆਪਦੇ ਕੋਈ ਡਿਵਾਈਸ ਇਹੋ ਜਿਹਾ ਨਾਲ ਲੈ ਕੇ ਜਾਈਓ ਠੀਕ ਹੈ ਜਿਸ ਨਾਲ ਤੁਹਾਨੂੰ ਕੋਈ ਪ੍ਰੋਬਲਮ ਆਵੇ ਤੇ ਜਿਹੜੇ ਮੇਰੇ ਭੈਣ ਭਰਾ ਮਤਲਬ ਕਹਿੰਦਾ ਪਾਵ ਉਹਨਾਂ ਦੇ ਰਿਲੀਜੀਅਸ ਦੇ ਵਿੱਚ ਜ਼ਰੂਰੀ ਆ ਚੀਜ਼ਾਂ ਲੈ ਕੇ ਜਾਣੀਆਂ ਚੀਜ਼ ਐਨੀ ਮੈਨ ਲੈਂਡ ਬਿਲਟ ਕਰਾਈ ਤੁਸੀਂ ਕਈ ਵਾਰ ਏਦਾਂ ਹੁੰਦਾ ਕਈ ਮੇਰੇ ਭੈਣ ਭਰਾ ਨਾ ਕਹਿੰਦੇ ਹੁੰਦੇ ਆ ਵੀ ਆਪਾਂ ਕਈ ਚੀਜ਼ਾਂ ਰੱਖ ਲੈਣੀਆਂ ਹੁੰਦੀਆਂ ਆਪਦੇ ਕੋਲ ਤੇ ਸੋਚਦੇ ਕੋਈ ਚੱਕਰ ਨਹੀਂ ਇਹ ਚੱਲ ਜੀ ਤੇ ਉਹ ਚੀਜ਼ ਵੀ ਨਾਲ ਚੱਲ ਸਕਦੀ ਹੈ ਠੀਕ ਹੈ ਜੀ ਸੋ ਇਹ ਨਾ ਸੋਚਿਓ ਉਹ ਤੁਹਾਡੀ ਇੱਕ ਇੱਕ ਚੀਜ਼ ਚੈੱਕ ਕਰਨਗੇ ਕਿਉਂਕਿ ਉਹਨਾਂ ਨੂੰ ਇਹ ਡਰ ਹੈ ਇੱਕ ਨਿੱਕੀ ਮਾਈਨਰ ਸਲਿੱਪ ਵੀ ਨਾ ਵਿੱਚ ਹੋਵੇ ਠੀਕ ਹੈ ਸੋ ਇਸੇ ਕਰਕੇ ਉਹ ਇੱਕ ਤੁਹਾਨੂੰ ਮੈਂ ਬੇਨਤੀ ਕਰਦਾ ਇਹੋ ਜੀ ਭਾਵਨਾ ਨਾਲ ਕਦੇ ਅੰਦਰ ਨਾ ਜਾਈਓ ਵੀ ਤੁਸੀਂ ਉੱਥੇ ਜਾ ਕੇ ਕੋਈ ਨਕਲ ਕਰ ਲਓ ਕਿਉਂਕਿ ਇਹ ਪੇਪਰ ਦੇ ਵਿੱਚ ਤੁਹਾਨੂੰ ਕਿਹੜਾ ਇਹ ਦੱਸਿਆ ਸਿਲੇਬਸ ਕਿੱਥੋਂ ਕਿਹੜਾ ਆਣਾ ਕਿੱਥੋਂ ਕਿਹੜਾ ਐਵੇਂ ਗਲਤੀ ਨਾਲ ਤੁਸੀਂ ਆਪਣਾ ਸਾਰਾ ਪੇਪਰ ਖਰਾਬ ਕਰ ਲਵੋਗੇ ਠੀਕ ਹੈ ਜੀ ਕਿਤੇ ਸੋਚ ਨਾ ਮੈਂ ਭਾਰਤ ਦਾ ਕਨਸਟੀਟਿਊਸ਼ਨ ਦੇ ਜਿਹੜੇ ਆਰਟੀਕਲ ਹੈ ਉਹ ਇੱਕ ਪੇਜ ਤੇ ਨਿੱਕੀ ਸਲਿੱਪ ਤੇ ਲੈ ਕੇ ਲੈ ਜਾਣਾ ਉੱਥੇ ਆਣੀ ਆਣੇ ਹੈ ਇੱਕ ਅੱਧਾ ਤਾਂ ਆਊਗਾ ਉਹ ਚੀਜ਼ਾਂ ਮਤਲਬ ਬੱਚਿਆਂ ਦੀ ਗੱਲਾਂ ਹੈ ਠੀਕ ਹੈ ਜੀ ਇਹ ਤੁਸੀਂ ਆਪਣਾ ਪ੍ਰਿਪੇਅਰ ਹੋ ਕੇ ਖੁਦ ਇਗਜ਼ਾਮ ਦੇਣ ਜਾਓ ਠੀਕ ਹੈ ਜੀ ਐਦਾਂ ਨਾ ਸੋਚਿਓ ਵੀ ਮੈਨੂੰ ਆਹ ਚੀਜ਼ਾਂ ਲੱਗਦਾ ਆਊਗੀਆਂ ਜਾਂ ਆਊਗੀਆਂ ਇਹਨੂੰ ਲੈ ਕੇ ਲੈ ਜਾ ਤੇ ਉਸ ਨਾਲ ਤੁਸੀਂ ਫੜੇ ਵੀ ਜਾ ਸਕਦੇ ਹੋ ਕਿਉਂਕਿ ਇਹ ਪੇਪਰ ਇਦਾਂ ਨਹੀਂਗਾ ਵੀ ਉਥੋਂ ਹੀ ਆਊਗਾ ਪੇਪਰ ਕਿਤੋਂ ਵੀ ਮਤਲਬ ਉਹਨਾਂ ਨੇ ਕੰਡਕਟ ਕਰਾ ਕੇ ਮਤਲਬ ਪਾ ਦੇਣਾ ਠੀਕ ਹੈ ਸੋ ਬੱਚਿਆਂ ਵਾਲੀ ਗੱਲਾਂ ਕਦੇ ਨਾ ਸੋਚਿਓ ਤੇ ਆਪਣਾ ਜਿਹੜਾ ਪੇਪਰ ਜਿੰਨਾ ਕਿ ਤੁਹਾਨੂੰ ਆਂਦਾ ਠੀਕ ਹੈ ਕਰਿਆ ਹੀ ਉਹ ਬਾਕੀ ਤੁੱਕੇ ਤਾਂ ਤੁਹਾਡੀ ਆਫੀਸ਼ੀਅਲੀ ਤੁਹਾਨੂੰ ਬਚਪਨ ਤੋਂ ਹੀ ਤੁਹਾਨੂੰ ਮਿਲੇ ਹੈ ਮਤਲਬ ਕਿ ਗੁਰਤੀ ਵਿੱਚ ਵੀ ਤੁੱਕੇ ਲਾ ਕੇ ਆ ਜਾਗੇ ਅਸੀਂ ਜੇ ਕੁਝ ਬਣ ਗਿਆ ਤਾਂ ਠੀਕ ਹੈ ਨਹੀਂ ਤਾਂ ਨਹੀਂ ਸੀ ਤੁੱਕੇ ਵੀ ਉਵੇਂ ਲਾਈਓ ਵੀ ਤੁਹਾਨੂੰ ਸਮਝ ਚ ਆਵੇ ਵੀ ਹਾਂ ਵੀ ਇਹ ਅਨਸਰ ਹੋ ਸਕਦਾ ਹੈ ਠੀਕ ਹੈ ਜੀ ਐ ਨਜਾਇਜ਼ ਟੁੱਕੇ ਲਾਨਾ ਕੀ ਪਤਾ ਤੁਹਾਡੇ ਵਧੀਆ ਨੰਬਰ ਬਣਦੇ ਹੋਣ ਤੇ ਤੁਸੀਂ ਨਜਾਇਜ਼ ਟੁੱਕੇ ਲਾ ਕੇ ਆ ਜਾਓ ਤੇ ਤੁਹਾਡੇ ਉਹ ਵੀ ਨੰਬਰ ਘੱਟ ਜਾਣ 네ਗੇਟਿਵ ਮਾਰਕਿੰਗ ਨਾਲ ਸੋ ਕੋਈ ਚੱਕਰ ਨਹੀਂ ਹਜੇ 4 ਸਾਲ ਤੁਹਾਡੀ ਭਰਤੀ ਆਣੀ ਹੈ ਕਦੇ ਵੀ ਤੁਸੀਂ ਕਰੈਕ ਕਰ ਸਕਦੇ ਹੋ ਤੇ ਬਸ ਬੀ ਅਵੇਅਰ ਹੋ ਕੇ ਰੋ ਡਾਕੂਮੈਂਟਸ ਵਗੈਰਾ ਆਪਣੇ ਕੰਪਲੀਟ ਰੱਖੋ ਤੁਹਾਨੂੰ ਕਦੇ ਵੀ ਈਮੇਲ ਆ ਸਕਦੀ ਹੈ ਤੁਸੀਂ ਡੇਲੀ ਈਮੇਲਸ ਨੂੰ ਆਪਣੀ ਨੂੰ ਚੈੱਕ ਕਰੋ ਤੇ ਜੇ ਕੋਈ ਤੁਹਾਨੂੰ ਨਵੀਂ ਈਮੇਲ ਦੇਖਣ ਨੂੰ ਮਿਲਦੀ ਹੈ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਹਰਕਤ ਮਿਲਦੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਆਪਾਂ ਉਸ ਦੇ ਬਾਰੇ ਜਰੂਰ ਚੈੱਕ ਕਰਾਂਗੇ ਤੇ ਤੁਹਾਡੇ ਨਾਲ ਮੈਂ ਖੁਦ ਵਾਰ ਮਤਲਬ ਕਿ ਪੁੱਛੂਗਾ ਵੀ ਕਿਹੜੀ ਈਮੇਲ ਆਈ ਹੈ ਤੁਹਾਨੂੰ ਠੀਕ ਹੈ ਤੁਹਾਡੇ ਨਾਲ ਵਾਰਤਾਲਾਪ ਕਰਨ ਲਈ ਆਪਾਂ ਆਫੀਸ਼ੀਅਲੀ ਕੰਟੈਕਟਸ ਵਗੈਰਾ ਆਪਾਂ ਇੱਕ ਦੂਜੇ ਨਾਲ ਕਰ ਲਾਂਗੇ ਸਾਂਝੇ ਠੀਕ ਹੈ ਤਾਂ ਕਿ ਤੁਸੀਂ ਮੈਨੂੰ ਸ਼ੇਅਰ ਕਰ ਸਕੋ ਤੇ ਆਪਾਂ ਇੱਥੇ ਬੱਚਿਆਂ ਨੂੰ ਵੀ ਇਨਫੋਰਮ ਕਰ ਸਕੀਏ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਉਹਨਾਂ ਤੱਕ ਇੱਕ ਆਹ ਜਿਹੜੀ ਗੱਲਬਾਤ ਸਾਰੀ ਪਹੁੰਚ ਜਾਵੇ ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲ ਜੇ ਵੀ ਕੀ ਕੁਸ਼ੀ ਚੀਜ਼ਾਂ ਸਾਨੂੰ ਜ਼ਰੂਰੀ ਨੇ ਠੀਕ ਹੈ ਜੀ ਬਾਕੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੈ ਹਿੰਦ ਤੇ ਮੈਂ ਮੌਕ ਟੈਸਟ ਦੀ ਜਲਦੀ ਹੀ ਵੀਡੀਓ ਤੁਹਾਡੇ ਅੱਗੇ ਜਾਰੀ ਕਰਦਾ ਮੈਨੂੰ ਜੋ ਪੀਪਰ ਤੋਂ ਪਹਿਲਾਂ ਪਹਿਲਾਂ ਤੁਹਾਡੇ ਕੋਲ ਆ ਜਾਵੇਗੀ ਠੀਕ ਹੈ ਜੀ ਸੋ ਠੀਕ ਹੈ ਜੀ ਧੰਨਵਾਦ